ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। Question कह रहे हैं, give a rough estimate by rounding of the nearest hundreds and also a closer estimate by rounding off to nearest tens. 1,08,734 minus 47,599. सब तो पहला असी कटांगे जदों असी nearest hundred दे round off करने हैं, numbers नूं ते लिख लेने हैं by rounding off to nearest hundreds ते ए बराबर हो जाएगा, नंबर है साडा 1,08,734 माइनस 47,599। ਹੁਣ ਆਪਾਂ ਜਦੋਂ ਇਹਨੂੰ ਰਾਊਂਡ ਆਫ ਕਰਾਂਗੇ 100 ਦੇ ਕੋਲ, ਤੇ 100 ਦੇ ਕੋਲ 10 ਨੇ, ਇੱਥੇ 3 ਨੇ, 3 ਤੋਂ 5 ਤੋਂ ਘਾਟੇ ਤੇ ਇਹ 0 ਹੋ ਜਾਏਗਾ। ਇਹ ਰਾਊਂਡ ਆਫ ਹੋ ਕੇ ਹੋ ਜਾਏਗਾ 1,08,700 ਮਾਈਨਸ, ਇੱਥੇ 10th ਪੋਜੀਸ਼ਨ ਤੇ ਵੀ 9, ਇਹ 5 ਤੋਂ ਵੱਡਾ ਹੈ ਤੇ ਇੱਥੇ 1 ਐਡ ਹੋ ਜਾਏਗਾ। 5 ਵਿੱਚ ਜਦੋਂ 1 ਐਡ ਹੋਏਗਾ ਤੇ ਇਹ ਬਣ ਜਾਏਗਾ 600, 47,600। ਹੁਣ ਇਹਨੂੰ ਦੋਨਾਂ ਨੂੰ ਆਪਾਂ ਮਾਈਨਸ ਕਰਾਂਗੇ ਤੇ ਇਹ ਬਰਾਬਰ ਹੋ ਜਾਏਗਾ 0, 0, 7 ਚੋਂ 6 ਕਰਾਂਗੇ ਤੇ 1, 8 ਚੋਂ 7 ਮਾਈਨਸ ਕਰਾਂਗੇ 1, 10 ਚੋਂ 4 ਕੀਤਾ ਤੇ 6, 61,100 ਹੋ ਜਾਏਗਾ। ਇਹ ਹੋ ਗਿਆ ਸਾਡੇ ਫਸਟ ਪਾਰਟ ਦਾ ਆਨਸਰ। ਹੁਣ ਸੈਕੰਡ ਪਾਰਟ ਕਹਿ ਰਿਹਾ, ਜਦੋਂ ਅਸੀਂ ਰਾਊਂਡ ਆਫ ਕਰਾਂਗੇ ਨੀਅਰੈਸਟ 10 ਦੇ, ਇੱਥੇ ਲਿਖ ਦਿੰਦੇ ਹਾਂ ਬਾਈ ਰਾਊਂਡਿੰਗ ਆਫ ਟੂ ਨੀਅਰੈਸਟ ਟੈਂਸ, ਤੇ ਜਦੋਂ ਨੀਅਰੈਸਟ ਟੈਂਸ ਕਰਾਂਗੇ ਤੇ ਇਹ ਨੰਬਰ ਹੈ 1,08,734 ਮਾਈਨਸ 47,599। ਹੁਣ ਇੱਥੇ ਟੈਂਸ ਪਲੇਸ ਦੇ ਨਾਲ ਨੰਬਰ ਹੈ ਯੂਨਿਟ ਪਲੇਸ, ਯੂਨਿਟ ਪਲੇਸ ਤੇ ਇੱਥੇ ਨੰਬਰ ਹੈ 4, ਇਹ 5 ਤੋਂ ਛੋਟਾ ਹੈ ਤੇ ਇਹ ਰਾਊਂਡ ਆਫ ਹੋ ਕੇ ਹੋ ਜਾਏਗਾ 1,08,730 ਮਾਈਨਸ, ਇਹ ਯੂਨਿਟ ਪਲੇਸ ਤੇ ਵੀ 9, ਇਹ 5 ਤੋਂ ਜ਼ਿਆਦਾ ਹੈ ਤੇ ਇੱਥੇ ਐਡ ਹੋ ਜਾਏਗਾ ਤੇ ਇਹ ਹੋ ਜਾਏਗਾ 47,600। ਹੁਣ ਇਹਨੂੰ ਦੋਨਾਂ ਨੂੰ ਸਬਟ੍ਰੈਕਟ ਕਰਾਂਗੇ ਤੇ ਇਹ ਆ ਜਾਏਗਾ 0, 3 ਚੋਂ 0 ਗਿਆ 3, 7 ਚੋਂ 6 ਗਿਆ 1, 8 ਚੋਂ 7 ਗਿਆ 1, 10 ਚੋਂ 4 ਗਿਆ 6, 61,130। ਇਹੀ ਆਪਾਂ ਦਾ ਆਨਸਰ ਹੋ ਜਾਏਗਾ ਜਦੋਂ 100 ਪਲੇਸ ਤੋਂ ਰਾਊਂਡ ਆਫ ਹੋਏਗਾ, ਹੋਰ ਜਦੋਂ ਨੀਅਰੈਸਟ ਟੈਂਸ ਤੋਂ ਰਾਊਂਡ ਆਫ ਹੋਏਗਾ। ਧੰਨਵਾਦ।